ਪੰਜਾਬੀ ਮੈਂ ਹਾਂ ਸੁਮਨ ਜੇਟਲੀ ਲੁਧਿਆਣਾ ਸ਼ਹਿਰ ਦੇ ਇੱਕ ਵੱਡੇ ਚੌਂਕ ਤੇ ਅਸੀਂ ਮੌਜੂਦ ਹਾਂ ਅਸੀਂ ਸਭ ਜਾਣਦੇ ਹਾਂ ਜਦੋਂ ਘਰੋਂ ਨਿਕਲਦੇ ਹਾਂ ਬਾਹਰ ਤਾਂ ਕਿਸੇ ਵੀ ਬਾਜ਼ਾਰ ਕਿਸੇ ਵੀ ਚੌਂਕ ਤੇ ਜਦੋਂ ਤੁਹਾਡੀ ਗੱਡੀ ਜਾਂ ਤੁਹਾਡਾ ਦੋ ਪਹੀਆ ਵਾਹਨ ਜਾਂ ਜੇਕਰ ਤੁਸੀਂ ਆਟੋ ਜਾਂ ਰਿਕਸ਼ਾ ਤੇ ਵੀ ਬੈਠੇ ਹੋ ਤਾਂ ਅਜਿਹੇ ਵੱਡੇ ਵੱਡੇ ਚੌਂਕਾਂ ਤੇ ਤੁਹਾਨੂੰ ਅਕਸਰ ਭੀਖ ਮੰਗਣ ਵਾਲੇ ਤੁਹਾਨੂੰ ਘੇਰ ਕੇ ਖੜ ਜਾਂਦੇ ਨੇ ਬਹੁਤ ਸਾਰੇ ਲੋਕ ਤਰਸ ਦੇ ਆਧਾਰ ਤੇ ਉਹਨਾਂ ਨੂੰ ਕੁਝ ਰੁਪਏ ਕਦੀ ਕੁਝ ਖਾਣ ਨੂੰ ਦੇ ਦਿੰਦੇ ਨੇ ਯਾਨੀ ਕਿ ਕਿਹਾ ਜਾਏ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਮੰਗਣ ਵਾਲਿਆਂ ਦੀ ਕਮੀ ਨਹੀਂ ਸੀ ਚੌਂਕਾਂ ਤੇ ਜਿਹੜੀ ਇਹ ਮੰਗੀ ਜਾਂਦੀ ਸੀ ਭੀਖ ਮੰਗੀ ਜਾਂਦੀ ਸੀ ਇਸ ਨੂੰ ਖਤਮ ਕਰਨ ਦੇ ਲਈ ਯਾਨੀ ਲੁਧਿਆਣਾ ਨੂੰ ਬੈਗਰ ਫਰੀ ਭਿਖਾਰੀ ਮੁਕਤ ਸ਼ਹਿਰ ਬਣਾਉਣ ਦਾ ਲੁਧਿਆਣਾ ਦੀ ਪ੍ਰਸ਼ਾਸਨ ਵੱਲੋਂ ਇਸ ਨੂੰ ਦੇਖਦੇ ਹੋਏ ਇੱਕ ਅਭਿਆਨ ਸ਼ੁਰੂ ਕੀਤਾ ਗਿਆ ਅੱਜ ਯਾਨੀ ਕਿ 11 ਨਵੰਬਰ ਨੂੰ ਇਸ ਦੀ ਸ਼ੁਰੂਆਤ ਹੋਈ ਹੈ ਇਸ ਅਭਿਆਨ ਦੀ 11 ਨਵੰਬਰ ਤੋਂ ਲੈ ਕੇ 26 ਨਵੰਬਰ ਤੱਕ ਜਿੰਨੇ ਵੀ ਸੰਬੰਧਿਤ ਥਾਣੇ ਨੇ ਉੱਥੇ ਦੀ ਪੁਲਿਸ ਸ਼ਹਿਰ ਦੇ 40 ਅਜਿਹੇ ਪੁਆਇੰਟਸ ਜਿੱਥੇ ਸਭ ਤੋਂ ਵੱਧ ਬੈਗਿੰਗ ਹੁੰਦੀ ਹੈ ਉਹਨਾਂ ਨੂੰ ਬੈਗਰ ਫਰੀ ਯਾਨੀ ਕਿ ਭਿਖਾਰੀ ਮੁਕਤ ਕਰੇਗੀ ਅੱਜ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਲੁਧਿਆਣਾ ਸ਼ਹਿਰ ਦਾ ਇਹ ਚੌਂਕ ਭਾਰਤ ਨਗਰ ਚੌਂਕ ਜਿੱਥੇ ਅਕਸਰ ਤੁਹਾਨੂੰ ਇੱਕ ਵੱਡੀ ਗਿਣਤੀ ਦੇ ਵਿੱਚ ਭੀਖ ਮੰਗਣ ਵਾਲੇ ਦਿਖਾਈ ਦਿੰਦੇ ਸੀ ਅੱਜ ਹਾਲਾਂਕਿ ਇਸ ਚੌਂਕ ਦੇ ਵਿੱਚ ਤਾਂ ਦਿਖਾਈ ਨਹੀਂ ਦੇ ਰਹੇ ਪਰ ਇਹ ਕਹਿਣਾ ਵੀ ਠੀਕ ਨਹੀਂ ਹੋਏਗਾ ਕਿ ਸ਼ਹਿਰ ਦੇ ਵਿੱਚ ਮੰਗਣ ਵਾਲੇ ਹੁਣ ਨਹੀਂ ਮਿਲਣਗੇ ਕਿਉਂਕਿ ਤੁਹਾਨੂੰ ਨਾਲ ਦੇ ਨਾਲ ਉਹ ਤਸਵੀਰਾਂ ਵੀ ਦਿਖਾਵਾਂਗੇ ਜੋ ਦੱਸਣਗੀਆਂ ਕਿ ਸ਼ਹਿਰ ਦੇ ਵਿੱਚ ਹਲੇ ਵੀ ਵੱਡੀ ਗਿਣਤੀ ਹੈ ਉਹਨਾਂ ਲੋਕਾਂ ਦੀ ਜੋ ਮੰਗ ਕੇ ਖਾਂਦੇ ਨੇ ਜੋ ਲੋਕਾਂ ਤੋਂ ਮੰਗ ਕੇ ਆਪਣਾ ਤੇ ਆਪਣੇ ਬੱਚਿਆਂ ਦਾ ਢਿੱਡ ਭਰਦੇ ਨੇ ਪਰ ਲੁਧਿਆਣਾ ਡੀਸੀ ਵਰਿੰਦਰ ਸ਼ਰਮਾ ਤੇ ਪੁਲਿਸ ਕਮਿਸ਼ਨਰ ਰਕੇਸ਼ ਅਗਰਵਾਲ ਨੇ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਕਿਸੇ ਵੀ ਥਾਂ ਤੇ ਕੋਈ ਭਿਖਾਰੀ ਦੇਖਦੇ ਹੋ ਤਾਂ ਇੱਕ ਫੋਨ ਨੰਬਰ ਜਾਰੀ ਕੀਤਾ ਗਿਆ ਜਿਸ ਤੇ ਤੁਸੀਂ ਉਸ ਭਿਖਾਰੀ ਦੀ ਫੋਟੋ ਖਿੱਚ ਕੇ ਉਸ ਨੰਬਰ ਤੇ ਤੁਸੀਂ ਵਟਸਐਪ ਫੋਟੋ ਕਰੋ ਤੇ ਦੱਸੋ ਤੁਹਾਨੂੰ ਇਹ ਭਿਖਾਰੀ ਕਿੱਥੇ ਦਿਖੀ ਹੈ ਉਹ ਫੋਨ ਨੰਬਰ ਹੈ 9115011159 ਇੱਕ ਵਾਰ ਫਿਰ ਤੋਂ ਦੱਸ ਦਿੰਦੇ ਹਾਂ ਜੇਕਰ ਤੁਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਕਿਤੇ ਵੀ ਕਿਸੇ ਮੰਗਣ ਵਾਲੇ ਨੂੰ ਦੇਖਦੇ ਹੋ ਤਾਂ ਉਸਦੀ ਤਸਵੀਰ ਖਿੱਚ ਕੇ ਤੁਸੀਂ 9115011159 ਤੇ ਉਸਦੀ ਤਸਵੀਰ ਭੇਜ ਸਕਦੇ ਹੋ ਤੇ ਦੱਸ ਸਕਦੇ ਹੋ ਕਿ ਉਹ ਭਿਖਾਰੀ ਤੁਹਾਨੂੰ ਕਿੱਥੇ ਦਿਖਿਆ ਇਹ ਵਟਸਐਪ ਨੰਬਰ ਜਾਰੀ ਕੀਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਇਸ ਦੇ ਨਾਲ ਜਿਹੜੇ ਸੰਬੰਧਿਤ ਇਲਾਕੇ ਦੀ ਪੁਲਿਸ ਹੋਵੇਗੀ ਉਹ ਤੁਰੰਤ ਕਾਰਵਾਈ ਕਰੇਗੀ ਲੁਧਿਆਣਾ ਨੂੰ ਭਿਖਾਰੀ ਮੁਕਤ ਕਰਨ ਦੇ ਲਈ ਇੱਕ ਰੂਪ ਰੇਖਾ ਤਿਆਰ ਕੀਤੀ ਗਈ ਹੈ ਇਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਦੇ ਵੱਲੋਂ ਪੁਲਿਸ ਕਮਿਸ਼ਨਰ ਅਤੇ ਹੋਰ ਵਿਭਾਗਾਂ ਦੇ ਨਾਲ ਮੀਟਿੰਗ ਵੀ ਕੀਤੀ ਗਈ ਹੈ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜੇ ਮੰਗਣ ਵਾਲੇ ਹੁੰਦੇ ਨੇ ਭਿਖਾਰੀ ਹੁੰਦੇ ਨੇ ਇਹਨਾਂ ਨੂੰ ਭੀਖ ਨਾ ਦਿੱਤੀ ਜਾਏ ਭਿਖਾਰੀਆਂ ਦੀ ਗਿਣਤੀ ਜਿਨ੍ਹਾਂ ਚੌਂਕਾਂ 'ਤੇ ਵੱਧ ਹੁੰਦੀ ਹੈ ਲੁਧਿਆਣਾ ਸ਼ਹਿਰ ਦੇ 40 ਅਜਿਹੇ ਪ੍ਰਮੁੱਖ ਚੌਂਕ ਨੇ ਜਿਨ੍ਹਾਂ ਦਾ ਜ਼ਿਕਰ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਉਹਨਾਂ ਕਿਹਾ ਕਿ ਜਿਹੜੇ ਮੰਗਣ ਵਾਲੇ ਨੇ ਜਿਹੜੇ ਭਿਖਾਰੀ ਨੇ ਉਹਨਾਂ ਨੂੰ ਫੜ ਕੇ ਸ਼ੈਲਟਰ ਹੋਮ ਦੇ ਵਿੱਚ ਉਹਨਾਂ ਨੂੰ ਰਹਿਣ ਦੀ ਥਾਂ ਦਿੱਤੀ ਜਾਏਗੀ ਜਿਹੜੇ ਪ੍ਰਵਾਸੀ ਨੇ ਜਿਹੜੇ ਭਿਖਾਰੀ ਇੱਕ ਸਾਲ ਤੋਂ ਘੱਟ ਦਾ ਸਮਾਂ ਹੋਇਆ ਉਹਨਾਂ ਨੂੰ ਸ਼ਹਿਰ 'ਚ ਆਏ ਨੂੰ ਉਹਨਾਂ ਨੂੰ ਉਹਨਾਂ ਦੇ ਸ਼ਹਿਰ ਜਾਂ ਉਹਨਾਂ ਦੇ ਪਿੰਡ ਭੇਜ ਦਿੱਤਾ ਜਾਏਗਾ ਅਤੇ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਕੰਮ 'ਤੇ ਲਾਇਆ ਜਾਏਗਾ ਜੇ ਤੁਸੀਂ ਲੁਧਿਆਣਾ ਸ਼ਹਿਰ ਦੇ ਵਿੱਚ
ਕਿਸੇ ਵੀ ਥਾਂ ਤੇ ਕਿਸੇ ਮੰਗਣ ਵਾਲੇ ਨੂੰ ਦੇਖਦੇ ਹੋ ਜੋ ਤੁਹਾਡੇ ਤੋਂ ਭੀਖ ਮੰਗ ਰਿਹਾ ਜਾਂ ਕਿਸੇ ਤੋਂ ਵੀ ਤਾਂ ਤੁਸੀਂ ਜਿਹੜਾ ਪ੍ਰਸ਼ਾਸਨ ਵੱਲੋਂ ਇੱਕ WhatsApp ਨੰਬਰ ਜਾਰੀ ਕੀਤਾ ਗਿਆ 9116501159 ਤੇ ਉਸ ਦੀ ਤਸਵੀਰ ਭੇਜ ਸਕਦੇ ਹੋ ਡਿਟੇਲ ਭੇਜ ਸਕਦੇ ਹੋ ਕਿ ਕਿਸ ਥਾਂ ਤੇ ਹੈ ਉਹ ਸ਼ਹਿਰ ਦੇ ਹਰ ਭਾਗ ਨੂੰ ਭਿਖਾਰੀ ਮੁਕਤ ਕਰਨ ਦਾ ਜਿੰਮਾ ਜਿਹੜਾ ਲੁਧਿਆਣਾ ਪ੍ਰਸ਼ਾਸਨ ਵੱਲੋਂ ਚੁੱਕਿਆ ਗਿਆ ਹੈ ਉਸ ਦੀ ਸ਼ੁਰੂਆਤ ਅੱਜ ਹੋਈ ਹੈ ग्यारह नवंबर तो शुरू होया यह अभियान 11 तो 26 नवंबर तक जिन्हें भी संबंधित थाने ने उत्थे दी पुलिस शहर के मेन जड़े 40 पॉइंट्स ने जिथे सब तो वध भिखारी हुंदे ने उन्हां पॉइंट्स नूं भिखारी मुक्त बनाएगी जे किते उस तो बाद भी कोई भिखारी दिखाई देता है तो जल्द पुलिस कार्रवाई करेगी हालांकि क्योंकि अज इसकी शुरुआत हुई है इस अभियान की तो अज फिलहाल की घड़ी भारत नगर चौंक दे विच नहीं दिखाई दे रहे मंगण वाले पर शहर के होर कोनिया के हले भी मौजूद ने असं नाल तस्वीर भी दिखाते रहेंगे तो लुधियाना शहर नू जिहड़ा बैगर फ्री सिटी बनाउण दा एक उपराला प्रशासन वालों शुरू किया गया इस सिरे चढ़ाउण दे लई जिहड़े यतन किए जा रहे हैं ये आने वाले दिनों दे विच पता लगेगा कि ये यतन किन्ने क सिरे चढ़ते हैं ये जिहड़ी रूपरेखा तैयार की गई है सिट्टा आने वाले दिनों दे विच पता लगेगा पर आज यानी कि 11 नवंबर नूं हले शुरुआत हुई है तो प्रशासन वालों अपील की गई है कि जेकर तुसी किसी भी भिखारी नूं देखते हो तो WhatsApp नंबर जिहड़ा जारी किया गया उत्थे उसकी तस्वीर तो जगह का नाम दसो इस तो अलावा अपील की गई प्रशासन के वलों कि तुसी किसी भी भिखारी नूं भीख ना दो ताकि असीं लुधियाणा नूं बैगर फ्री शहर बना सकी कैमरामैन राजविंदर टोनी दे नाल सुमन जेटली डेली पोस्ट पंजाबी लुधियाणा